ਇਸ ਵਕਤ ਅਸੀਂ ਮੰਦਿਰ ਦੇ ਐਂਟਰੀ ਗੇਟ 'ਤੇ ਖੜ੍ਹੇ ਹਾਂ। ਜਿਵੇਂ ਅਸੀਂ ਤੁਹਾਨੂੰ ਦੱਸਿਆ ਸੀ ਕਿ ਮਹਾਮਾਇਆ ਮਾਤਾ ਸੁੰਦਰੀ ਜੀ ਦੇ ਮੰਦਿਰ ਦੇ ਤੁਹਾਨੂੰ ਦਰਸ਼ਨ ਕਰਾਵਾਂਗੇ। ਸੋ ਇਸ ਤੋਂ ਬਾਅਦ ਅਸੀਂ ਤੁਹਾਨੂੰ ਜੋ ਇੱਥੇ ਦੇ ਸਰਪ੍ਰਸਤ ਨੇ ਉਹਨਾਂ ਨਾਲ ਤੁਹਾਡੀ ਮੁਲਾਕਾਤ ਵੀ ਕਰਾਵਾਂਗੇ ਅਤੇ ਤੁਹਾਨੂੰ ਜੋ ਮੰਦਿਰ ਦਾ ਪਰਿਸਰ ਹੈ ਉਹ ਵੀ ਦਿਖਾਵਾਂਗੇ। ਬਟ ਜਿਹੜੀ ਮੈਂ ਤੁਹਾਨੂੰ ਇੰਪੋਰਟੈਂਟ ਗੱਲ ਦੱਸਣਾ ਚਾਹੁੰਦਾ ਉਹ ਇਹ ਹੈ ਕਿ ਇਹ ਜੋ ਮੰਦਿਰ ਹੈ ਇਸ ਦਾ ਜੋ ਸੰਚਾਲਨ ਹੈ ਉਹ ਹਿਮਾਚਲ ਸਰਕਾਰ ਦੁਆਰਾ ਇੱਕ ਟਰੱਸਟ ਦੇ ਰੂਪ 'ਚ ਚਲਾਇਆ ਜਾ ਰਿਹਾ ਅਤੇ ਇਹਦੇ ਕਾਫੀ ਮਿਊਜ਼ੀਅਮ ਨੇ ਬਹੁਤ ਇਹਦੇ ਆਲੇ ਦੁਆਲੇ ਬਹੁਤ ਵੱਡੀ ਮਾਰਕੀਟ ਹੈ ਅਤੇ ਕੋਸ਼ਿਸ਼ ਕਰਾਂਗੇ ਕਿ ਜੋ ਇੱਥੇ ਦੀ ਯੂਨੀਕਨੈਸ ਹੈਗੀ ਹੈ ਉਹ ਤੁਹਾਨੂੰ ਅਸੀਂ ਚੀਜ਼ਾਂ ਸਾਰੀਆਂ ਜ਼ਰੂਰ ਦਿਖਾਵਾਂਗੇ। ਸੋ ਆਓ ਤੁਹਾਨੂੰ ਲੈ ਕੇ ਚੱਲਦੇ ਹਾਂ ਮੰਦਿਰ 'ਚ ਅਤੇ ਮੰਦਿਰ ਦੇ ਪਰਿਸਰ ਦੇ ਵਿੱਚ ਤੁਹਾਨੂੰ ਜੋ ਜਗ੍ਹਾਵਾਂ ਬਣੀਆਂ ਹੋਈਆਂ ਨੇ ਉਹਦੇ ਦਰਸ਼ਨ ਕਰਾਵਾਂਗੇ ਅਤੇ ਉਸ ਤੋਂ ਬਾਅਦ ਜੋ ਇੱਥੇ ਸਰਪ੍ਰਸਤ ਨੇ ਉਹਨਾਂ ਨਾਲ ਆਪਾਂ ਮੁਲਾਕਾਤ ਕਰਾਂਗੇ। ਆਓ ਚਲੋ। ਇਸ ਵਕਤ ਅਸੀਂ ਸਿਰਮੌਰ ਜ਼ਿਲ੍ਹਾ ਦੇ ਕਾਲਾ ਅੰਬ ਵਿੱਚ ਖੜ੍ਹੇ ਹਾਂ ਅਤੇ ਜਿਵੇਂ ਤੁਹਾਨੂੰ ਅਸੀਂ ਪਹਿਲਾਂ ਦੱਸਿਆ ਹੈ ਕਿ ਅਸੀਂ ਤੁਹਾਡੀ ਮੁਲਾਕਾਤ ਇੱਥੇ ਦੇ ਜੋ ਪੁਜਾਰੀ ਜੀ ਨੇ ਉਹਨਾਂ ਨਾਲ ਕਰਾਵਾਂਗੇ। ਸੋ ਉਹਨਾਂ ਤੋਂ ਅਸੀਂ ਇੱਥੇ ਦੇ ਇਤਿਹਾਸ ਬਾਰੇ ਜਾਣਕਾਰੀ ਪ੍ਰਾਪਤ ਕਰਾਂਗੇ ਕਿ ਇੱਥੇ ਦਾ ਅਸਲ ਇਤਿਹਾਸ ਹੈ ਕੀ ਹੈ। ਸੋ ਜੋ ਸਾਡੇ ਕੁਛ ਪ੍ਰਸ਼ਨ ਨੇ ਜੋ ਮਨ ਦੇ ਵਿੱਚ ਚੱਲ ਰਹੇ ਨੇ ਉਹਨਾਂ ਦਾ ਅਸੀਂ ਉੱਤਰ ਉਹਨਾਂ ਤੋਂ ਜਾਣਾਂਗੇ। ਮੇਰੇ ਨਾਲ ਦਰਸ਼ਕੋ ਜਿਨ੍ਹਾਂ ਨੂੰ ਤੁਸੀਂ ਇਸ ਵਕਤ ਸਕਰੀਨ 'ਤੇ ਦੇਖ ਰਹੇ ਹੋ ਇਹ ਇੱਥੇ ਦੇ ਸੰਸਥਾਪਕ ਸੀਗੇ ਜਿਹੜੇ ਉਹਨਾਂ ਦੇ ਵੰਸ਼ਜ ਨੇ ਅਤੇ ਇਹਨਾਂ ਕੋਲ ਹੀ ਇੱਥੇ ਜਿਹੜਾ ਹੈਗਾ ਪੂਜਾ ਦਾ ਅਧਿਕਾਰ ਹੈ। ਸੋ ਇਹ ਪੀੜ੍ਹੀ ਦਰ ਪੀੜ੍ਹੀ ਜਿਹੜੇ ਇਸ ਪਰਿਵਾਰ ਦਾ ਵੱਡਾ ਬੇਟਾ ਹੁੰਦਾ ਹੈ ਉਹ ਇੱਥੇ ਦਾ ਜਿਹੜਾ ਹੈਗਾ ਮੇਨ ਪੁਜਾਰੀ ਬਣਦਾ। ਸੋ ਦੋਸਤੋ ਇਸ ਜੋ ਪਰਿਵਾਰ ਦੀ ਕਹਾਣੀ ਹੈ ਉਹ 1573 ਈਸਵੀ ਦੇ ਵਿੱਚ ਸ਼ੁਰੂ ਹੁੰਦੀ ਹੈ ਜਿਸ ਟਾਈਮ ਰਾਜਾ ਪ੍ਰਦੀਪ ਪ੍ਰਤਾਪ ਸਿੰਘ ਇੱਥੇ ਦੇ ਰਾਜਾ ਸਨ। ਉਸ ਸਮੇਂ ਇੱਥੇ ਨਮਕ ਦੀ ਬਹੁਤ ਭਾਰੀ ਕਮੀ ਆ ਗਈ ਸੀ ਅਤੇ ਉਸ ਕਮੀ ਨੂੰ ਪੂਰਾ ਕਰਨ ਦੇ ਲਈ ਰਾਮਦਾਸ ਜੀ ਵਰਗੇ ਜਿਹੜੇ ਉਸ ਸਮੇਂ ਵਪਾਰੀ ਸਨ ਉਹ ਨਮਕ ਗੁਜਰਾਤ ਦੇ ਕੱਛ ਅਤੇ ਸਹਾਰਨਪੁਰ ਤੋਂ ਲੈ ਕੇ ਆਉਂਦੇ ਹੁੰਦੇ ਸੀ। ਸੋ ਜਦੋਂ ਰਾਮਦਾਸ ਜੀ ਸਹਾਰਨਪੁਰ ਤੋਂ ਨਮਕ ਲੈ ਕੇ ਇੱਥੇ ਆਏ ਤਾਂ ਪਿੰਡੀ ਰੂਪ ਵਿੱਚ ਮਾਤਾ ਜੀ ਉਹਨਾਂ ਦੇ ਨਾਲ ਆ ਗਏ ਅਤੇ ਉਹਨਾਂ ਨੂੰ ਰਾਤ ਨੂੰ ਦਰਸ਼ਨ ਦਿੱਤੇ ਅਤੇ ਕਿਹਾ ਕਿ ਮੇਰੇ ਮੰਦਿਰ ਦੀ ਜਿਹੜੀ ਹੈਗੀ ਹੈ ਤੁਸੀਂ ਸਥਾਪਨਾ ਕਰਵਾਓ। ਪਰ ਜਦੋਂ ਉਹਨਾਂ ਨੇ ਆਪਣੇ ਅਸਮਰਥਾ ਦਿਖਾਈ ਕਿ ਮੈਂ ਇੰਨਾ ਸਕਸ਼ਮ ਨਹੀਂ ਹਾਂ ਕਿ ਮੈਂ ਤੁਹਾਡਾ ਮੰਦਿਰ ਸਥਾਪਿਤ ਕਰ ਸਕਾਂ, ਸੋ ਉਹ ਉਹਨਾਂ ਨੇ ਫਿਰ ਉਸ ਵਕਤ ਬੇਨਤੀ ਰਾਜਾ ਪ੍ਰਦੀਪ ਪ੍ਰਤਾਪ ਸਿੰਘ ਨੂੰ ਕੀਤੀ ਅਤੇ ਰਾਜਾ ਪ੍ਰਦੀਪ ਪ੍ਰਤਾਪ ਸਿੰਘ ਨੇ ਇਸ ਮੰਦਿਰ ਦੀ ਸਥਾਪਨਾ ਕੀਤੀ ਅਤੇ ਇੱਥੇ ਪੰਜਾਬ, ਹਰਿਆਣਾ, ਹਿਮਾਚਲ, ਯੂਪੀ, ਉੱਤਰਾਖੰਡ ਅਤੇ ਦਿੱਲੀ ਤੋਂ ਲੋਕ ਭਾਰੀ ਗਿਣਤੀ ਵਿੱਚ ਇੱਥੇ ਪਹੁੰਚਦੇ ਨੇ ਅਤੇ ਆਪਣੇ ਆ ਕੇ ਇੱਥੇ ਸ਼ੀਸ ਨਿਵਾਉਂਦੇ ਨੇ। ਅੱਜ ਤਰੋਕਪੁਰ ਦੇ ਇੱਥੇ ਮਾਤਾ ਦੇ ਮੰਦਿਰ ਦੇ ਦਰਸ਼ਨ ਕੀਤੇ ਅਤੇ ਇੱਥੇ ਤੁਹਾਨੂੰ ਅਸੀਂ ਮੰਦਿਰ ਪਰਿਸਰ ਦੀ ਕੁਛ ਸ਼ਾਰਟਸ ਦਿਖਾਏ, ਤੁਹਾਨੂੰ ਇੱਥੇ ਦਾ ਇਤਿਹਾਸ ਦੱਸਿਆ, ਤੁਹਾਨੂੰ ਇੱਥੇ ਦੇ ਜੋ ਪ੍ਰਬੰਧਕ ਸੀ ਉਹਨਾਂ ਨਾਲ ਤੁਹਾਡੀ ਮੁਲਾਕਾਤ ਕਰਵਾਈ। ਸੋ ਇਸ ਤਰ੍ਹਾਂ ਦੀ ਬੜੀ ਯੂਨੀਕ ਅਤੇ ਇਨਫੋਰਮੇਟਿਵ ਵੀਡੀਓ ਤੁਹਾਡੇ ਲਈ ਅਸੀਂ ਬਣਾਈ, ਬੜਾ ਐਫਰਟ ਕੀਤਾ। ਜੇ ਤੁਹਾਨੂੰ ਇਹ ਪਸੰਦ ਆਈ ਹੋਵੇ ਤਾਂ ਕਾਈਂਡਲੀ ਇਸ ਵੀਡੀਓ ਨੂੰ ਸ਼ੇਅਰ ਕਰੋ, ਸਬਸਕ੍ਰਾਈਬ ਕਰੋ ਅਤੇ ਤਾਂ ਕਿ ਵੱਧ ਤੋਂ ਵੱਧ ਲੋਕਾਂ ਤੱਕ ਇਹ ਵੀਡੀਓ ਪਹੁੰਚ ਸਕੇ। ਸੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅਤੇ ਨਾਲ ਹੀ ਬੈਲ ਆਈਕਨ ਨੂੰ ਪ੍ਰੈਸ ਕਰਨਾ ਤਾਂ ਕਿ ਇਸ ਤਰ੍ਹਾਂ ਦੀ ਹੋਰ ਰੈਗੂਲਰ ਇਨਫੋਰਮੇਟਿਵ ਵੀਡੀਓ ਤੁਹਾਡੇ ਕੋਲ ਪਹੁੰਚ ਸਕਣ। ਸੋ ਫਰੈਂਡਸ, ਥੈਂਕਸ ਫਾਰ ਵਾਚਿੰਗ ਪੀਪਲਸ ਵੋਇਸ ਟੀਵੀ।